ਮੇਰਾ ਨਾਮ ਸਰਦਾਰ ਕਰਨੈਲ ਸਿੰਘ ਅੱਜ ਦਾ ਮਾਮਲਾ ਇਹ ਹੈ ਕਿ ਮੇਰਾ ਭਤੀਜੇ ਦੀ ਡੈਡ 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 ਬਾਡੀ ਹਾਨੂੰ ਅੰਮ੍ਰਿਤਸਰੋਂ ਪਉਣੇ 5 ਵਜੇ ਫੋਨ ਆਇਆ ਵਾ ਕਿੰਨੀ ਤਰੀਕ ਨੂੰ 27 28 ਤਰੀਕ ਨੂੰ ਮਾਰਨਿੰਗ ਉਸ ਤੋਂ ਫੋਨ ਆਇਆ ਫੋਨ ਕਰਕੇ ਫਿਰ ਅਸੀਂ ਇੱਥੇ ਆਣ ਕੇ ਫਿਰ ਮੈਂ ਆਪਣੇ ਬ੍ਰਦਰ ਨੂੰ ਦੱਸਿਆ ਵੱਡੇ ਨੂੰ ਉਸ ਤੋਂ ਬਾਅਦ ਅਸੀਂ ਫਿਰ ਇਥੋਂ 8 ਵਜੇ ਨਾਲ ਨੂੰ ਟਾਈਮ ਦਿੱਤਾ 8 ਵਜੇ ਉੱਥੇ ਪਹੁੰਚੋ ਸਾਡੇ ਨਾਲ ਮੌਜੂਦ ਬੰਦੇ ਉੱਥੇ ਗਏ ਨੇ ਜਾ ਕੇ ਅਸੀਂ ਡੈਡ ਬਾਡੀ ਵੇਖੀ ਹੈ ਡੈਡ ਬਾਡੀ ਦੇ ਪਹਿਲਾਂ ਸਾਨੂੰ ਉੱਥੇ ਬਿੱਟ ਨਹੀਂ ਮਿਲੀ ਬਾਚਾਂ ਦੇ ਨੇ ਬਿਲਟ ਤੁਹਾਡੀ ਇੱਥੇ ਆਈ ਹੈ ਇੱਕ ਉਹਦਾ ਪੱਟ ਟੁੱਟਿਆ ਵਾ ਇੱਕ ਉਹਦੀ ਖਬੀ ਅੱਛਾ ਜੀ ਬਾਹ ਟੁੱਟੀ ਆ ਇੱਕ ਸਿਰ ਦੇ ਮਾਰਿਆ ਉਹਨਾਂ ਨੇ ਕੋਈ ਚੀਜ਼ ਤੇ ਨਸਾਂ ਸਾੜੀ ਦੇ ਕੰਥਣੇ ਲਹੂ ਵੀ ਕਾਫੀ ਆਇਆ ਉਹਦਾ ਉਸ ਤੋਂ ਬਾਅਦ ਉਹਨਾਂ ਨੇ ਹਾਲੇ ਸੈਂਲ ਕਰਾਇਆ ਕਿ 174 ਦੀ ਕਾਰਵਾਈ ਕਰਕੇ 174 ਦੀ ਕਾਰਵਾਈ ਕਰਕੇ ਸੈਂਲ ਕਰਾਇਆ ਤੇ ਉਸ ਤੋਂ ਬਾਅਦ ਆਂਦੇ ਜੇ ਸਾਨੂੰ ਪੂਰੀ ਡਿਟੇਲ ਦੇ ਆ ਗਈ ਮੈਡੀਕਲ ਰਿਪੋਰਟ ਦੀ ਤੇ ਕਾਲਾਂ ਦੀ ਉਸ ਤੋਂ ਬਾਅਦ ਇੱਕ ਇਹ ਆਪਣਾ 300 71 ਤੇ 302 ਦਾ 302 ਦਾ ਪਰਚਾ ਕਟਾਂਗੇ ਦੇ ਸਰਦਾਰ ਦੇਲਵੀ ਦਾ ਕਰਨ ਦੇ ਕੀਤੇ ਪਰ ਇਹ ਲੋਰ ਕੰਮ ਨਹੀਂ ਹੋ ਮੜਲ ਕੀਤਾ ਗਿਆ ਉਹ ਕੀ ਚਾਹੁੰਦੇ ਆਪਾਂ ਪ੍ਰਸ਼ਾਸਨ ਤੋਂ ਸਾਨੂੰ ਉਹਦਾ ਇਨਸਾਫ ਮਿਲਣਾ ਚਾਹੀਦਾ ਨੌਜਵਾਨ ਨਿਸ਼ਾਨ ਸਿੰਘ ਉਪ ਬੰਟੀ ਪੁੱਤਰ ਦਲਵੀਰ ਸਿੰਘ ਪਲੱਸ 2 ਦਾ ਵਿਦਿਆਰਥੀ ਹੈ ਜੀ 27 ਤਰੀਕ ਨੂੰ ਇੱਕ ਨਿੱਜੀ ਸਕੂਲ ਵਿੱਚ ਪ੍ਰਾਈਵੇਟ ਸਕੂਲ ਚ ਪੜਦਾ ਉਥੋਂ ਪੇਪਰ ਪਾ ਕੇ ਵਾਪਸ ਆਇਆ ਘਰ 2:00 ਵਜੇ ਦਾ ਸਮੇਂ ਆਪਣੇ ਘਰ ਆ ਚੁੱਕਾ ਔਰ ਇਥੋਂ ਆਪਣੇ ਮਾਤਾ ਪਿਤਾ ਨਾਲ ਕੋਈ ਗੱਲਾਂ ਬਾਤਾਂ ਕਰਕੇ ਕੋ ਦਾ ਡੈਡੀ ਬਾਹਰ ਹੈ ਤੇ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਤੇ 2:30 ਵਜੇ ਦੇ ਸਮੇਂ ਅਨੁਸਾਰ ਉਹ ਪਿੰਡੋਂ ਗਿਆ ਇੱਕ ਨਿੱਜੀ ਵਾਹਤ ਤੇ ਚੜ ਕੇ ਬਟਾਲੇ ਵੱਲ ਨੂੰ ਤੇ ਜਾਣ ਤੇ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਸੁਣਦਾ ਸੁਣਦਾ ਬਾਹਰ ਚੱਲ ਗਿਆ 2:30 ਵਜੇ ਦੀ ਬੱਸ ਆ ਰਹੀ ਹੈ ਉੱਤੇ ਚੜ ਕੇ ਗਿਆ ਔਰ ਸਾਨੂੰ 2:30 ਵਜੇ ਤੋਂ ਬਾਅਦ ਇਸ ਪਤਾ ਨੇ ਲੱਗਾ ਕਿ ਉਹ ਬੱਚਾ ਬਟਾਲੇ ਪਹੁੰਚਿਆ ਜਾਂ ਇੱਥੇ ਐ ਕੂਟਲੀ ਆ ਕਿਉਂਕਿ ਉਹਦਾ ਫੋਨ ਜਿਹੜਾ ਸੀ ਪੌਣੇ 4 ਵਜੇ ਬੰਦ ਹੋ ਚੁੱਕਾ ਸੀਗਾ ਮੇਰੇ ਤੱਕ ਫੋਨ ਚਲਾਉਂਦੀ ਨਹੀਂ ਚੱਲਦਾ ਬੰਦ ਆ ਰਿਹਾ ਐ 28 ਤਰੀਕ ਦੀ ਪੌਣੇ ਇੱਕ 5 ਵਜੇ ਕਾਲ ਕੀਤੀ ਆ ਫੋਨ ਚੱਲਿਆ ਇਹ ਫੋਨ ਜਿਹੜਾ ਜੋ ਚੱਲਿਆ ਤੇਰੀ ਕਾਲ ਹੋਈ ਆ ਜਾ ਕੇ ਜੀਆਰਪੀ ਥਾਣਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਾਲੇ ਖਾਣੇ ਦੇ ਵਿੱਚ ਉੱਥੇ ਉੱਥੋਂ ਦੇ ਜਿਹੜੇ ਮੁਖੀ ਸਾਨੂੰ ਉਹਨੇ ਗੱਲਬਾਤ ਕੀਤੀ ਉਹਨੇ ਕਿ ਬੀਬਾ ਵੀ ਆਪਣੇ ਕਿਸੇ ਘਰ ਦੇ ਸਿਆਣੇ ਨਾਲ ਗੱਲਬਾਤ ਕਰਾਓ ਤੇ ਉਹਨਾਂ ਨੇ ਆਣ ਕੇ ਆਪਣੇ ਜੇਠ ਕਰਨੈਲ ਸਿੰਘ ਜੀ ਨੂੰ ਦੱਸਿਆ ਕਿ ਫੋਨ ਆਇਆ ਉੱਥੋਂ ਮੈਂ ਕੀਤਾ ਤੇ ਅੱਗੋਂ ਗੱਲ ਹੋਈ ਹੈ ਆ ਗੱਲ ਕਰਿਓ ਤੇ ਉਹਨਾਂ ਨੇ ਇਹਨਾਂ ਦੱਸਿਆ ਵੀ ਇਹ ਜਿਹੜਾ ਨੌਜਵਾਨ ਹੈ ਇਹਦੀ ਡੈਥ ਹੋ ਚੁੱਕੀ ਹੈ ਸਾਡੇ ਰੇਲਵੇ ਸਟੇਸ਼ਨ ਜੀਆਰਪੀ ਥਾਣੇ ਵਿੱਚ ਹੈ ਤੁਸੀਂ ਆ ਕੇ ਲੈ ਜਾਓ ਅਸੀਂ ਫਿਰ ਉੱਥੇ ਗਏ ਆ ਜੀ ਔਰ ਉੱਥੇ ਜਾ ਕੇ ਉਹਨਾਂ 174 ਦੀ ਕਾਰਵਾਈ ਕਰਕੇ ਇਹ ਪੋਸਟਮਾਰਟਮ ਕਰਕੇ ਤਾਂ ਸਾਨੂੰ লাশ ਦੇ ਦਿੱਤੀ ਆ ਔਰ ਸਾਨੂੰ ਬਾਜ਼ਾਰਤ ਬਣੀ ਪਈ ਆ ਕਿ ਬੱਚਾ ਜਿਹੜਾ ਉਹ ਤੇ ਕੋੜੀ ਤੱਕੇ ਜਾ ਨਹੀਂ ਸਕਦਾ ਕਿਉਂਕਿ ਸਰਕਲ ਛੋਟਾ ਹੈ ਪਲਸ 2 ਦਾ ਵਿਦਿਆਰਥੀ ਹੈ ਪਰ ਇਹ ਬਟਾਲੇ ਤੋਂ ਅੱਗੇ ਅੰਮ੍ਰਿਤਸਰ ਜਾਣਾ ਇੱਕ ਬਾਜ਼ਾਰਤ ਬਣੀ ਹੋਈ ਆ ਔਰ ਇਹ ਬਾਜ਼ਾਰਤ ਸਾਨੂੰ 10 ਦਿਨ ਹੋ ਗਿਆ ਨਿਕਲਦੀ ਨਹੀਂ ਪਈ ਪ੍ਰਸ਼ਾਸਨ ਨੂੰ ਦਾ ਸਾਥ ਨਹੀਂ ਮਿਲਦਾ ਪਿਆ ਜੀਆਰਪੀ ਥਾਣੇ ਵਾਲੇ ਵੀ ਸਾਨੂੰ ਅੱਜ ਤੱਕ ਸਾਨੂੰ ਐਫਆਰ ਐਫਆਰ ਜਾਂ 172 ਦੇ ਕਾਗਜ਼ ਨੇ ਦੇ ਸਕੇ ਔਰ ਪੂਰਾ ਇਲਾਕਾ ਸੋਗ ਦੀ ਲਹਿਰ ਚ ਹੈ ਲੋਕਾਂ ਦਾ ਮਨ ਹੈ ਕਿ ਕੋਈ ਬੱਚੇ ਦਾ ਮਰਡਰ ਹੋਇਆ ਹੈ ਕਤਲ ਕੀਤਾ ਗਿਆ ਹੈ ਇਹਦੀ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਕੋਲੋਂ ਮੈਂ ਇੱਕ ਸਵਾਲ ਵੀ ਕਰਨਾ ਚਾਹੁੰਦਾ ਭਿ ਜੇਕਰ ਕਿਸੇ ਮਾਂ ਦਾ ਹੀਰਾ ਸਰਕਾਰੀ ਤੌਰ ਤੇ ਹੋਵੇ ਤ ਉਹ ਹੀਰਾ ਕਹਿ ਕੇ ਉਹਦੇ ਕੋਲ ਆਉਂਦੇ ਨੇ ਪਰ ਇਹ ਵੀ ਤਾਂ ਇੱਕ ਮਾਂ ਦਾ ਹੀਰਾ ਹੀ ਸੀ ਕੱਲਾ ਕੱਲਾ ਸੀਗਾ ਔਰ ਮੈਂ ਚਾਹੁੰਨਾ ਵੀ ਜੇ ਮੁੱਖ ਮੰਤਰੀ ਆਸਦਾ ਡੀਸੀ ਸਾਹਿਬ ਦੀ ਅੱਖਾਂ 'ਚ ਹੋਣਾ ਚਾਹੀਦਾ ਵੀ ਇਹ ਮਰਡਰ ਜ਼ਿਲ੍ਹੇ ਗੁਰਦਾਸਪੁਰ 'ਚ ਹੋਇਆ ਹੈ। ਕਟੋਕਾ ਦੱਸਦੀ ਹਮਤ ਕੋਲ ਪਤਾ ਹੋਣਾ ਚਾਹੀਦਾ ਵੀ ਮਰਡਰ ਦੇ ਬਲਾਕ 'ਚ ਹੋਇਆ ਹੈ। ਇਹ ਕਿਉਂ ਨਹੀਂ ਪ੍ਰਸ਼ਾਸਨ ਇਹਨਾਂ ਗੱਲਾਂ 'ਤੇ ਧਿਆਨ ਦਿੰਦਾ? ਇਕਤਰਤਾ ਤਾਂ ਕੀਤੀ ਗਈ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਇਹ ਸਰ ਮਿਤੀ 28 1 23 ਨੂੰ ਇੱਕ ਤੜਕੇ 1:30 ਵਜੇ ਸਾਨੂੰ ਰੇਲਵੇ ਵਿਭਾਗ ਵੱਲੋਂ ਮੀਮੋ ਜਾਰੀ ਹੋਈ ਸੀ। ਜੋ ਅਸੀਂ ਮੌਕੇ ਤੇ ਜਾ ਕੇ ਕਿਲੋਮੀਟਰ ਨੰਬਰ 504 ਦਾ 8 ਦਰਮਿਆਨ ਰੇਲਵੇ ਸਟੇਸ਼ਨ ਅਮਰਸਰ ਮੰਨਾਲਾ ਮੌਕੇ ਤੇ ਪੁੱਜੇ ਸੀ ਤੇ ਇੱਕ ਨੌਜਵਾਨ ਦੀ ਲਾਸ਼ ਜਿਹੜੀ ਡਾਊਨ ਲੈਂਡ ਰੇਲਵੇ ਤੋਂ ਬਾਹਰ ਵੱਟਿਆਂ ਦੇ ਪਈ ਹੋਈ ਸੀ ਸਿੱਧੇ ਮੂੰਹ ਤੇ ਉਹ ਅਸੀਂ ਉਠਾ ਕੇ ਲਿਆਂਦੀ ਸੀ ਜਿਹਦਾ ਫੋਨ ਆ ਫਲਾਈ ਮੋਡ ਤੇ ਲੱਗਾ ਆ ਸੀ ਜਦੋਂ ਅਸੀਂ ਉਹਨੂੰ ਬਰਾਮਦ ਕੀਤਾ ਥਾਣੇ ਆ ਕੇ ਹੌਨ ਕੀਤਾ ਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਤੇ ਜਿਨ੍ਹਾਂ ਨੂੰ ਦੱਸਿਆ ਵੀ ਇਦਾਂ ਇੱਕ ਲਾਸ਼ ਸਾਨੂੰ ਮਿਲੀ ਆ ਤੇ ਸਰ ਉਹ ਪਰਿਵਾਰਕ ਮੈਂਬਰ ਜਿਹੜੇ ਥਾਣਾ ਪੁੱਜੇ ਤੇ ਅਸੀਂ ਉਹਨਾਂ ਦੀ شناخت ਪਾ ਕੇ ਪੋਸਟਮਾਰਟਮ ਕਰਾ ਕੇ ਲਾਸ਼ ਉਹਨਾਂ ਦੇ ਹਵਾਲੇ ਕਰ ਦਿੱਤੀ ਆ ਤੇ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਦੌਰਾਨ ਜੋ ਵੀ ਗੱਲ ਸਾਹਮਣੇ ਆਈ ਜਾਂ ਡਿਟੇਲ ਕਾਲ ਦੇ ਸਾਹਮਣੇ ਜੋ ਵੀ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜੀ ਹਾਲ ਦੀ ਘੜੀ 174 ਸੀਆਰਪੀ ਇਸ ਤਹਿਤ ਕਾਰਵਾਈ ਕਰਕੇ ਲਾਸ਼ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜੀ ਹਾਂ ਸਰ ਆਪਾਂ ਕਾਰ ਡਿਟੇਲ ਕਢਾ ਰਹੇ ਹਾਂ ਜੀ ਤੇ ਪੋਸਟਮਾਰਟਮ ਦੀ ਰਿਪੋਰਟ ਆ ਰਹੀ ਆ ਉਹਦੇ ਮੁਤਾਬਕ ਜੋ ਵੀ ਚੀਜ਼ ਸਾਹਮਣੇ ਆਏਗੀ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਹਜੇ ਕੋਈ ਫੇਰ ਦਾ ਦਰਜ ਨਹੀਂ ਹੋਇਆ ਹਜੇ ਕੋਈ ਦਰਜ ਨਹੀਂ ਹੋਇਆ ਸਿਰਫ ਓਨਲੀ 174000 ਰੁਪਏ ਸੀ ਦੀ ਕਾਰਵਾਈ ਅਮਲੇ ਵਿੱਚ ਲੈਂਦੀ ਗਈ ਹੈ